ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮਿਲ ਕੇ ਆਇਆਂਗੇ। ਬਿਲਕੁਲ ਤੰਦਰੁਸਤ ਨੇਗੇ, ਬਿਲਕੁਲ ਫਿੱਟ ਨੇਗੇ, ਔਰ ਮੈਂ ਸਮਝਦਾ ਚੰਦ ਮਿੰਟਾਂ ਦੇ ਵਿੱਚ ਉਹਨਾਂ ਨੂੰ ਡਾਕਟਰ ਸਾਹਿਬਾਨ ਡਿਸਚਾਰਜ ਕਰਨ ਵਾਲੇ ਨੇਗੇ। ਬਿਲਕੁਲ ਤੰਦਰੁਸਤ ਨੇਗੇ, ਆ ਕੇ ਮੈਂ ਪੰਜਾਬ ਦਾ ਜਿਹੜਾ ਕੰਮ ਆ ਉਹ ਦੁਬਾਰ ਤੋਂ ਸਟਾਰਟ ਕਰਨਗੇ, ਕਿਉਂਕਿ ਲਗਾਤਾਰ ਵੈਸੇ ਤਾਂ ਮੈਂ ਦੇਖਿਆ ਅੱਜ ਕੱਲ ਪਰਸੋਂ ਕੁਛ ਫਾਈਲਾਂ ਜਿਹੜੀਆਂ ਮੇਰੇ ਡਿਪਾਰਟਮੈਂਟ ਦੀਆਂ ਸੀ ਜਦੋਂ ਮੈਂ ਸੀਐਮ ਸਾਹਿਬ ਨੂੰ ਭੇਜੀਆਂ, ਕੱਲ ਉਹ ਦਸਤਖਤ ਕਰਕੇ ਮਾਨਯੋਗ ਸੀਐਮ ਸਾਹਿਬ ਨੇ ਵਾਪਸ ਭੇਜੀਆਂ। ਇੱਥੋਂ ਪਤਾ ਲੱਗਦਾ ਗਾ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਿਸ ਤਰ੍ਹਾਂ, ਚਾਹੇ ਉਹਨਾਂ ਦੀ ਸਿਹਤ ਥੋੜ੍ਹੀ ਬਹੁਤੀ ਖਰਾਬ ਸੀ, ਉਹਦੇ ਖਰਾਬ ਹੁੰਦੇ ਹੋਏ ਵੀ ਪੰਜਾਬ ਦਾ ਕਿੱਡਾ ਵੱਡਾ ਦਰਦ ਆ ਕਿ ਉਹ ਫਾਈਲਾਂ ਹੋਸਪਿਟਲ 'ਚ ਵੀ ਜਿਹੜੀਆਂ ਲਗਾਤਾਰ ਪਾਸ ਕਰੀ ਜਾ ਰਹੇ ਨੇਗੇ, ਉੱਥੇ ਹੋਸਪਿਟਲ 'ਚ ਬੈਠ ਕੇ ਵੀ ਲਗਾਤਾਰ ਕੰਮ ਕਰ ਰਹੇ ਨੇਗੇ। ਸੋ ਬਹੁਤ ਜਲਦੀ ਸੀਐਮ ਸਾਹਿਬ ਜਿਹੜੇ ਨੇਗੇ ਉਹ ਡਿਸਚਾਰਜ ਹੋ ਰਹੇ ਨੇਗੇ ਔਰ ਆਪਣੇ ਘਰ ਪਹੁੰਚ ਰਹੇ ਨੇ। ਅੱਜ ਹੀ ਡਿਸਚਾਰਜ ਕਰ ਦਿੱਤੇ? ਬਿਲਕੁਲ ਜੀ, ਚੰਦ ਮਿੰਟਾਂ ਬਾਅਦ ਮਾਨਯੋਗ ਸੀਐਮ ਸਾਹਿਬ ਡਿਸਚਾਰਜ ਹੋ ਰਹੇ। ਮੁੱਖ ਮੰਤਰੀ ਸਾਹਿਬ ਨੂੰ ਮਿਲ ਕੇ ਆਏ ਹੋ, ਗੱਲਾਂ ਬਾਤਾਂ ਕਿਸ ਤਰੀਕੇ ਦੀਆਂ ਹੋਈਆਂ ਸੀ? ਬਹੁਤ ਹੀ ਸਾਡਾ, ਮੈਂ ਤਾਂ ਹਰਜੋਤ ਬੈਂਸ ਤੇ ਸੰਦਮਾ ਸਾਹਿਬ ਨਾਲ ਗੱਲ ਕਰ ਰਿਹਾ ਸੀ ਜਦੋਂ ਅਸੀਂ ਜਾ ਰਹੇ ਸੀਗੇ, ਸਾਨੂੰ ਕੋਈ ਚਿੰਤਾ ਸੀਗੀ ਔਰ ਜਦੋਂ ਜਾ ਕੇ ਦੇਖਿਆ ਸਾਡਾ ਬਲੱਡ ਪ੍ਰੈਸ਼ਰ ਠੀਕ ਹੋ ਗਿਆ, ਅਸੀਂ ਸਾਰੇ ਜਿਹੜਾ ਮਾੜੀ ਮੋਟੀ ਟੈਨਸ਼ਨ ਸੀ ਸਾਰੀ ਦੂਰ ਕਰਤੀ। ਮਾਨਯੋਗ ਸੀਐਮ ਸਾਹਿਬ ਬਹੁਤ ਚੜ੍ਹਦੀ ਕਲਾ ਚ ਨੇ। ਸੰਦਮਾ ਸਾਹਿਬ, ਤੁਹਾਡੀ ਕੋਈ ਗੱਲਬਾਤ ਹੋਈ ਹੋਵੇ ਖਾਸ ਉਹਨਾਂ ਨਾਲ? ਬਸ ਇਕੱਠੇ ਹੀ ਹੈ, ਪੂਰੀ ਚੜ੍ਹਦੀ ਕਲਾ ਚ ਔਰ ਥੋੜੀ ਦੇਰ ਚ ਆ ਕੇ ਆਪਣਾ ਕੰਮ ਸ਼ੁਰੂ ਕਰ ਰਹੇ। ਵੈਸੇ ਕੰਮ ਉਹਨਾਂ ਨੇ ਹਸਪਤਾਲ ਚ ਵੀ ਬੰਦ ਨਹੀਂ ਕੀਤਾ ਸੀ, ਮਤਲਬ ਜਿਵੇਂ ਜਿਵੇਂ ਫਾਈਲ ਆਏਗੀ ਇੱਥੇ ਹੁੰਦਿਆਂ ਹੋਏ ਵੀ ਕੱਲ ਵੀ ਕਲੀਅਰ ਕੀਤੀ ਉਹਨਾਂ ਨੇ, ਸੋ ਬਿਲਕੁਲ ਠੀਕ ਨੇ।